ਇਹ ਦੇਖੋ ਚਿਹਰੇ ਵਾਸਤੇ ਸਕ੍ਰੱਬ ਬਣਿਆ ਹੈ, ਬਹੁਤ ਹੀ ਅੱਛਾ। ਮਹਿੰਗੇ ਮਹਿੰਗੇ ਆਪਾਂ ਸਕ੍ਰੱਬ ਲਿਆ ਕੇ ਇਸਤੇਮਾਲ ਚਿਹਰੇ ਵਾਸਤੇ ਕਰਦੇ ਹਾਂ, ਉਹਨਾਂ ਦਾ ਰਿਜ਼ਲਟ ਫਿਰ ਵੀ ਸਹੀ ਨਹੀਂ ਆਉਂਦਾ। ਇਹਦਾ ਰਿਜ਼ਲਟ ਬਹੁਤ ਹੀ ਅੱਛਾ ਆਏਗਾ, ਇਹ ਤੁਸੀਂ ਜ਼ਰੂਰ ਇਸਤੇਮਾਲ ਕਰਨਾ ਜੇ ਬਣਾ ਕੇ ਘਰ ਵਿੱਚ ਘਰੇਲੂ ਟੋਟਕਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮੁ ਅਲੈਕੁਮ ਨਾਜ਼ਰੀਨ। ਅੱਜ ਮੈਂ ਇੱਕ ਰੈਮਡੀ ਬਣਾਉਣ ਲੱਗੀ ਹਾਂ ਚਿਹਰੇ ਵਾਸਤੇ, ਦਾਗ ਧੱਬੇ ਛਾਈਆਂ ਵਾਸਤੇ। ਉਹਨਾਂ ਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਇਸਤੇਮਾਲ ਹੋਣੀਆਂ ਨੇ ਉਹ ਵੀ ਤੁਹਾਨੂੰ ਮੈਂ ਦੱਸਦੀ ਹਾਂ। ਨਾਜ਼ਰੀਨ, ਘਰੇਲੂ ਟੋਟਕਾ ਤੁਹਾਡੇ ਵਾਸਤੇ ਅੱਜ ਮੈਂ ਲੈ ਕੇ ਹਾਜ਼ਰ ਹੋਈ ਹਾਂ। ਘਰ ਦੇ ਵਿੱਚ ਬਣਾਉਣਾ ਆਸਾਨ ਹੈ ਬਿਲਕੁਲ। ਤੁਸੀਂ ਕੱਚੇ ਚਾਵਲ ਲੈਣੇ ਆ, ਲੈ ਕੇ ਇਹਨੂੰ 3-4 ਘੰਟੇ ਭੇਜ ਲੈਣਾ, ਭੇਜ ਕੇ ਧੋ ਕੇ ਸਾਫ਼ ਕਰਕੇ ਇਹਨਾਂ ਨੂੰ ਰਗੜ ਲੈਣਾ, ਨਾਲ ਹੀ ਟਮਾਟਰ ਰਗੜ ਲੈਣੇ ਨੇ। ਫਿਰ ਟਮਾਟਰਾਂ ਦਾ ਬਹੁਤ ਅੱਛਾ ਰਿਜ਼ਲਟ ਨਿਕਲਦਾ ਹੈ, ਚਾਵਲਾਂ ਨਾਲ ਫੇਸ ਸਾਫ਼ ਹੁੰਦਾ। ਜਿਨ੍ਹਾਂ ਦੇ ਚਿਹਰਾ ਸਾਫ਼ ਨਹੀਂ ਹੈ, ਜਿਨ੍ਹਾਂ ਦਾ ਦਿਲ ਕਰਦਾ ਕਿ ਅਸੀਂ ਪਾਰਲਰ 'ਚ ਜਾਈਏ, ਚਿਹਰਾ ਸਾਫ਼ ਕਰੀਏ, ਅਸੀਂ ਖੂਬਸੂਰਤ ਬਣੀਏ, ਉਹਨਾਂ ਵਾਸਤੇ ਇਹ ਰੈਮਡੀ ਮੈਂ ਘਰ ਤਿਆਰ ਕਰਨ ਲੱਗੀ ਹਾਂ। ਮੇਰੇ ਟੋਟਕੇ ਜਿਹੜੇ ਹੁੰਦੇ ਨੇ ਉਹ ਘਰ ਘਰੇਲੂ ਟੋਟਕੇ ਹੁੰਦੇ ਨੇ, ਇਹਨਾਂ ਦੇ ਵਿੱਚ ਪਾਉਣਾ ਮੈਂ ਬਦਾਮ। 5 ਬਦਾਮ ਲੈਣੇ ਆ, ਇਹ ਵੀ ਰਗੜਨੇ ਆ, ਇਹਨਾਂ ਨਾਲ ਰੰਗ ਸਾਫ਼ ਹੁੰਦਾ, ਸਫੇਦ ਹੁੰਦਾ। ਹੁਣ ਮੈਂ ਚਾਵਲ ਰਗੜ ਲੈਂਦੀ ਹਾਂ, ਇਹ ਗ੍ਰੈਂਡਰ ਮਸ਼ੀਨ 'ਚ ਵੀ ਰਗੜ ਸਕਦੇ ਹੋ। ਮੇਰਾ ਦੇਸੀ ਟੋਟਕੇ ਹੁੰਦੇ ਨੇ ਅਤੇ ਦੇਸੀ ਮੈਂ ਕੰਮ ਕਰਕੇ ਤੁਹਾਨੂੰ ਦਿਖਾਉਣਾ ਹੁੰਦਾ ਕਿ ਜਿਨ੍ਹਾਂ ਦੇ ਕੋਲ ਨਹੀਂ ਵੀ ਹੁੰਦੀ ਗ੍ਰੈਂਡਰ ਮਸ਼ੀਨ, ਉਹ ਕੁੰਡੀ 'ਚ ਰਗੜ ਸਕਦੇ ਨੇ। ਪਹਿਲੇ ਮੈਂ ਚਾਵਲ ਰਗੜਨੇ ਆ ਅੱਛੀ ਤਰ੍ਹਾਂ, ਇਸ ਤੋਂ ਬਾਅਦ ਮੈਂ ਟਮਾਟਰ ਰਗੜਾਂਗੀ। ਚਾਵਲ ਅੱਛੀ ਤਰ੍ਹਾਂ ਇਹਦੇ ਵਿੱਚ ਪਾ ਲੈਂਦੇ ਹਾਂ, ਪੀਸ ਲੈਂਦੀ ਹਾਂ ਅੱਛੀ ਤਰ੍ਹਾਂ, ਇਹਨਾਂ ਨੂੰ ਪੀਸ ਲੈਣਾ। ਇਹ ਦੇਖੋ ਬਰੀਕ ਹੋ ਗਿਆ, ਕੁੰਡੀ ਡੰਡੇ ਦੇ ਵਿੱਚ ਬਿਲਕੁਲ ਆਟਾ ਬਣ ਗਿਆ। ਅਸੀਂ ਇਹ ਪਹਿਲੇ ਪੀਂ ਲੈਣੇ, ਧੋਤੇ, ਧੋ ਕੇ ਫਿਰ ਅਸੀਂ ਇਹਨਾਂ ਨੂੰ ਪੀਸਿਆ। ਸੁੱਕੇ ਵੀ ਪੀਸ ਸਕਦੇ ਹੋ ਤੁਸੀਂ, ਮਸ਼ੀਨ ਵਿੱਚ ਵੀ ਪੀਸ ਸਕਦੇ। ਆਹ ਛਾਣ ਲਿਆ ਅਸੀਂ ਚਾਵਲ, ਇਹ ਜਿਹੜੇ ਚਾਵਲ ਬਚੇ ਆ ਨਾ, ਇਹ ਵੀ ਅਸੀਂ ਬਾਅਦ 'ਚ ਰਗੜ ਲਾਂਗੇ। ਇਹ ਵਿੱਚੋਂ ਆਟਾ, ਇੱਕ ਟਮਾਟਰ ਸੀ, 4 ਪੀਸ ਹੋਏ ਨੇ ਇੱਕ ਟਮਾਟਰ ਦੇ। ਇਹਨਾਂ ਦਾ ਛਿਲਕਾ ਅਸੀਂ ਉੱਤੋਂ ਉਤਾਰ ਲਿਆ, ਹੁਣ ਇਹਨਾਂ ਨੂੰ ਵੀ ਅਸੀਂ ਕੁੰਡੀ ਡੰਡੇ ਨਾਲ ਹੀ ਪੀਸਣਾ, ਬਰੀਕ ਕਰਨਾ ਹੈ। ਟਮਾਟਰ ਰਗੜ ਲੈਣੇ ਅਤੇ ਹੁਣ ਇਹ 5 ਬਦਾਮ ਨੇ, ਇਹ ਵੀ ਵਿੱਚ ਰਗੜ ਲੈਣੇ, ਟਮਾਟਰਾਂ ਦੇ ਵਿੱਚ ਇਹ ਵੀ ਰਗੜਨੇ ਨੇ। ਹੁਣ ਬਦਾਮ ਇਹਦੇ ਵਿੱਚ ਰਗੜ ਲੈਣੇ ਅਸੀਂ 5। ਹੁਣ ਇਹਦੇ ਵਿੱਚ ਅਸੀਂ ਪਾਉਣਾ ਚਾਵਲਾਂ ਦਾ ਆਟਾ ਜਿਹੜਾ ਅਸੀਂ ਪੀਸ ਕੇ ਰੱਖਿਆ ਸੀ ਕੁੰਡੀ ਨਾਲ, ਉਹ ਇਹਦੇ ਵਿੱਚ ਪਾ ਕੇ ਮਿਕਸ ਕਰਨਾ ਹੈ। ਹੁਣ ਇਹਨੂੰ ਰਗੜ ਲੈਣਾ, ਪਾਣੀ ਹੈ ਹਲਦੀ, ਥੋੜ੍ਹੀ ਜਿਹੀ ਪਾਣੀ ਹੈ, ਮਿਰਚਾਂ ਵਾਲੀ ਨਾ ਹੋਵੇ। ਸਾਲਨ ਜਿਹੜਾ ਇਸਤੇਮਾਲ ਸਾਲਨ 'ਚ ਕਰਦੇ ਆ ਨਾ, ਉਹ ਨਾ ਹੋਵੇ, ਇਹ ਦੁਕਾਨ ਤੋਂ ਲਿਆ ਕੇ ਸਪੈਸ਼ਲ ਰੱਖੀ ਹੋਵੇ। ਥੋੜ੍ਹੀ ਜਿਹੀ ਹਲਦੀ ਪਾਣੀ ਆ, ਇਹਦੇ ਨਾਲ ਜਿਹੜੇ ਚਿਹਰੇ ਦੇ ਉੱਤੇ ਕਾਲੇ ਧੱਬੇ ਬਣ ਜਾਂਦੇ ਨਾ, ਉਹ ਖਤਮ ਹੋਣਗੇ। ਗੁਲਾਬਦਾਰਕ, ਹੁਣ ਇਹਦੇ ਵਿੱਚ ਗੁਲਾਬਦਾਰ ਮਿਕਸ ਕਰਾਂਗੇ 2 ਚਮਚ ਗੁਲਾਬਦਾਰਕ। ਹਲਦੀ, ਗੁਲਾਬਦਾਰਕ ਪਾ ਕੇ ਹੁਣ ਫਿਰ ਇਹਨੂੰ ਦੁਬਾਰਾ ਮੈਂ ਰਗੜਦੀ ਪਈ ਹਾਂ। ਇਸ ਤੋਂ ਬਾਅਦ ਮੈਂ ਇਹਦੇ ਵਿੱਚ ਇੱਕ ਹੋਰ ਚੀਜ਼ ਇਸਤੇਮਾਲ ਕਰਨੀ ਆ ਜਿਹੜੀ ਬਿਲਕੁਲ ਚਿਹਰੇ ਨੂੰ ਸਾਫ਼ ਕਰੇਗੀ, ਦਾਗ ਧੱਬੇ ਉਹਦੇ ਨਾਲ ਦੂਰ ਹੋਣਗੇ, ਉਹ ਹੈ ਲੀਂਬੂ ਦਾ ਰਸ। ਇਹ ਲੀਂਬੂ ਦਾ ਰਸ ਹੈ 1 ਚਮਚ, 2 ਚਮਚ, 3 ਚਮਚ। ਤਾਜ਼ਾ ਫਰੈਸ਼ ਰਸ ਕੱਢਿਆ ਅਸੀਂ ਨਿੰਬੂਆਂ ਦਾ, ਦੇਸੀ ਨਿੰਬੂ ਲਿਆ। ਮਹਿੰਗੇ ਮਹਿੰਗੇ ਆਪਾਂ ਸਕ੍ਰੱਬ ਲਿਆ ਕੇ ਇਸਤੇਮਾਲ ਚਿਹਰੇ ਵਾਸਤੇ ਕਰਦੇ ਹਾਂ, ਉਹਨਾਂ ਦਾ ਰਿਜ਼ਲਟ ਫਿਰ ਵੀ ਸਹੀ ਨਹੀਂ ਆਉਂਦਾ। ਇਹਦਾ ਰਿਜ਼ਲਟ ਬਹੁਤ ਹੀ ਅੱਛਾ ਆਏਗਾ, ਇਹ ਤੁਸੀਂ ਜ਼ਰੂਰ ਇਸਤੇਮਾਲ ਕਰਨਾ ਜੇ ਬਣਾ ਕੇ ਘਰ ਵਿੱਚ ਘਰੇਲੂ ਟੋਟਕਾ। ਇਹ ਦੇਖੋ ਇਹ ਸਕ੍ਰੱਬ ਬਣ ਕੇ ਤਿਆਰ ਹੋ ਗਿਆ ਚਿਹਰੇ ਵਾਸਤੇ। ਤੁਸੀਂ ਇਹ ਮੇਰੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਏਗੀ, ਜ਼ਰੂਰ ਤੁਸੀਂ ਇਸਤੇਮਾਲ ਕਰਨਾ ਜੇ, ਕਰਕੇ ਕਮੈਂਟ ਜ਼ਰੂਰ ਲਿਖਣਾ ਮੈਨੂੰ ਕਿ ਕੈਸੀ ਲੱਗੀ ਹੈ ਮੇਰੀ ਰੈਮਡੀ ਹੈ ਤੁਹਾਨੂੰ। ਇਹ ਤੁਸੀਂ ਕਿਸੇ ਵੀ ਸ਼ੀਸ਼ੀ 'ਚ ਪਾ ਕੇ ਰੱਖ ਲਓ, ਇਹ ਤੁਸੀਂ ਹਫ਼ਤੇ ਦੇ ਵਿੱਚ 2 ਦਫ਼ਾ ਇਸਤੇਮਾਲ ਕਰਨਾ, ਜਦੋਂ ਵੀ ਤੁਸੀਂ ਨਹਾਉਣਾ ਉਦੋਂ ਤੁਸੀਂ ਇਹਨੂੰ ਇਸਤੇਮਾਲ ਕਰਨਾ। ਇਹ ਜਿਹੜਾ ਨੁਸਖਾ ਮੈਂ ਬਣਾਇਆ ਤੁਹਾਨੂੰ ਮੈਂ ਇਸਤੇਮਾਲ ਕਰਕੇ ਦਿਖਾਉਂਦੀ ਹਾਂ ਕਿ ਇਸਤੇਮਾਲ ਕਿਵੇਂ ਕਰਨਾ। ਇਹਨੂੰ ਤੁਸੀਂ ਚਿਹਰੇ ਦੇ ਉੱਤੇ ਲਗਾ ਕੇ ਮਸਾਜ ਕਰਨਾ, ਆਸਤਾ ਆਸਤਾ ਅੱਛੀ ਤਰ੍ਹਾਂ ਮਸਾਜ ਉੱਪਰ ਨੂੰ ਕਰਨਾ ਚਿਹਰੇ ਦੇ
ਉੱਪਰ ਨੈਚੁਰਲ ਜਾ ਕੇ ਮਸਾਜ ਕਰਕੇ ਕੋਈ 5-6 ਮਿੰਟ ਉਸ ਤੋਂ ਬਾਅਦ ਤੁਸੀਂ ਇਹਨੂੰ ਇਸੇ ਤਰ੍ਹਾਂ ਇਹਨੂੰ ਛੋੜ ਦੇਣਾ ਹੈ ਲਗਾ ਕੇ ਮਸਾਜ ਕਰਕੇ ਫਿਰ ਇਹਨੂੰ ਛੋੜਨਾ ਹੈ 10-15 ਮਿੰਟਾਂ ਤੋਂ ਬਾਅਦ ਤੁਸੀਂ ਇਹਨੂੰ ਵਾਸ਼ ਕਰ ਲੈਣਾ ਤਾਜ਼ੇ ਪਾਣੀ ਦੇ ਨਾਲ ਇਹ ਤੁਹਾਨੂੰ ਅਸੀਂ ਧੋ ਕੇ ਦਿਖਾਉਂਦੇ ਹਾਂ ਬੇਸ਼ੱਕ ਤੁਸੀਂ ਟਿਸ਼ੂ ਨਾਲ ਸਾਫ਼ ਕਰ ਲਓ ਪਾਣੀ ਨਾਲ ਸਾਫ਼ ਕਰ ਲਓ ਹਫ਼ਤੇ 'ਚ 2-3 ਦਫ਼ਾ ਤੁਸੀਂ ਇਸਤੇਮਾਲ ਕਰਨਾ ਇਹ ਦੇਖੋ ਕਿੰਨਾ ਪਾਣੀ ਗੰਦਾ ਨਿਕਲਿਆ ਆ ਇਹ ਮੈਲ ਵੀ ਉਤਰਦੀ ਇਹਦੇ ਨਾਲ ਹਾਂਜੀ ਦੇਖੋ ਹੁਣ ਸਾਫ਼ ਹੋ ਗਿਆ ਹੱਥ ਚਿਹਰਾ ਇਸ ਤੋਂ ਵੀ ਜ਼ਿਆਦਾ ਸਾਫ਼ ਹੋਏਗਾ ਚਿਹਰਾ ਨਰਮ ਹੁੰਦਾ ਨਾ ਜਲਦੀ ਸਾਫ਼ ਹੋ ਜਾਂਦਾ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਅਗਲੀ ਵੀਡੀਓ ਤੱਕ ਅੱਲਾ ਹਾਫਿਜ਼।